ਨਾਮ ਪਿਆਰੇ ਆਸਮਾਨੀ ਬਾਪ, ਆਜ ਰਾਤ ਹਮ ਆਪਕੇ ਦਿਲ ਕੀ ਗਹਿਰਾਈਓ ਸੇ ਸ਼ੁਕਰ ਗੁਜ਼ਾਰ ਹੈ ਕਿ ਆਪਨੇ ਆਪਣੇ ਸੂਰਮਾ ਕੋ ਅਕਮਲ ਭੱਟੀ ਸਾਹਿਬ ਕੋ ਆਪਣੀ ਕੌਮ ਕੇ ਦਰਮਿਆਨ ਖੜਾ ਕਰਕੇ ਆਪਣੇ ਜਲਾਲ, ਆਪਣੀ ਹਸ਼ਮਤ ਔਰ ਆਪਣੀ ਬਜ਼ੁਰਗੀ ਕੇ ਲੀਏ ਵੀ ਇਸਤੇਮਾਲ ਕੀਆ, ਕਿਉਂਕਿ ਉਸਨੇ ਆਪਕੀ ਕੌਮ ਕੇ ਲੀਏ ਦਰਦ ਰੱਖਾ ਔਰ ਆਵਾਜ਼ ਉਠਾਈ ਹੈ। ਖੁਦਾ ਹਮਦਾ ਆਪਕੇ ਸ਼ੁਕਰ ਗੁਜ਼ਾਰ ਹੈ। ਸਾਰੇ ਪ੍ਰੋਗਰਾਮ ਪਰ ਤੇਰਾ ਦਿਆਨਾ ਬਾਜ਼ੂ ਮਾਂਗਤੇ ਹੈ। ਜਿਸ ਤਰ੍ਹਾਂ ਬਾਈ ਫਜ਼ਲਤ ਆਏ, ਬਾਈ ਫਜ਼ਲਤ ਆਪਣੇ ਲੋਕੋ ਕੋ ਲੇ ਕਰ ਜਾਣਾ ਔਰ ਖੁਦਾ ਇਸ ਸਾਰੇ ਸੈਟਅਪ ਕੋ, ਇਸ ਸਾਰੀ ਖੁਦਾ ਇਸਕੀ ਤਨਜ਼ੀਮ ਕੋ ਆਗੇ ਬਢਾਣਾ ਔਰ ਇਨ ਲੋਕੋ ਕੋ ਆਪਣੇ ਇਜ਼ਹਾਰ ਕੇ ਲਈ ਇਸਤੇਮਾਲ ਕਰਤੇ ਰਹਿਣਾ। ਆਪਕੇ ਮੁਬਾਰਕ ਨਾਮ ਸੇ ਰੈਸਟ ਕਰਦੀ ਤੇ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਹੋਏ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ। ਮੈਂ ਕਹਿੰਦਾ ਤੇਰੀ ਸ਼ਵਾਸ ਵਟੀ, ਸਾਡਾ ਇਮਾਨ ਹੈ ਕਿ ਉਹ ਅੱਜ ਜੰਨਤ ਅਲਫਰਦੋਸ ਚਲੇ ਤੇ ਸ਼ਹੀਦ ਨੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਉਹਨਾਂ ਦੇ ਬਚਨ ਪੂਰੇ ਜੰਨਤ ਦੇ। ਵੀਰ ਸ਼ਹਿਬਾਜ਼ ਭੱਟੀ ਦੇ ਬਾਰੇ ਮੈਨੂੰ ਇੰਨਾ ਨੌਲੇਜ ਨਹੀਂ ਸੀ, ਲੇਕਿਨ ਜਿੰਨਾ ਮੈਨੂੰ ਪਤਾ ਲੱਗਿਆ ਕਮਾਲ ਲੱਗਿਆ ਕਿ ਜਿਹੜਾ 5% ਕੋਟਾ ਹੈ ਅਕਲੀਅਤ ਦਾ ਉਹ ਸ਼ਹੀਦ ਸ਼ਹਿਬਾਜ਼ ਭੱਟੀ ਨੇ ਮਨਜ਼ੂਰ ਕਰਵਾਇਆ ਸੀ, ਜਿਹਦੀ ਅਸੀਂ ਅੱਜ ਕਦਰ ਨਹੀਂ ਕਰਦੇ। ਗੱਲ ਕੌੜੀ ਹੈ ਪਰ ਚੁੱਭੇਗੀ ਥੋੜ੍ਹੀ ਜ਼ਰੂਰ, ਅਤੇ ਇੱਕ ਭੱਟੀਆਂ ਦੀ ਸਵਿੱਚ ਦਵਾਰ ਜਾ ਮੈਡਾ ਇਹ ਬੜੀ ਔਖੀ ਲੈਂਦੀ। ਅਤੇ ਮੈਂ ਭੱਟੀ ਸਾਹਿਬ ਨੂੰ, ਅਕਮਲ ਭੱਟੀ ਸਾਹਿਬ ਨੂੰ ਸਲਾਮ ਕਰਦਾ ਵਾਂ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਮਨਿਓਰਟੀ ਅਲਾਇੰਸ ਦਾ ਮਕਸਦ ਅਕਲੀਅਤ ਉੱਤੇ ਕੰਮ ਕਰਦੇ ਪਏ, ਨਾ ਕਿ ਕ੍ਰਿਸ਼ਨਾ ਲਈ, ਹਿੰਦੂਆਂ ਲਈ, ਸਿੱਖਾਂ ਲਈ, ਕ੍ਰਿਸ਼ਨਾ ਲਈ, ਤਿੰਨ ਮਨਿਓਰਟੀਆਂ ਲਈ ਡੱਟ ਕੇ ਕੰਮ ਕਰਦੇ ਪਏ ਨੇ। ਅਤੇ ਮੈਂ ਕਹਾਂਗਾ ਭੱਟੀ ਸਾਹਿਬ ਮੁਖਾਲਿਫ ਉਸੇ ਦੀ ਹੁੰਦੇ ਨੇ ਜਿਹਦੀ ਮਾਂ ਨੇ ਪੁੱਤਰ ਜੰਮਿਆ ਹੋਇਆ ਪਰ ਟਕਾ ਕੇ ਕੰਮ ਦਾ ਪੁੱਤਰ ਜੰਮਿਆ ਹੋਵੇ, ਅਤੇ ਡਰਨਾ ਡਰਨਾ ਨਹੀਂ ਹੈਗਾ, ਅਸੀਂ ਤੁਹਾਡੇ ਨਾਲ ਹਾਂ। ਪਾਕਿਸਤਾਨ 'ਚ ਮਸੀਹੀ ਕੌਮ ਦਾ ਮੁਕੱਦਮਾ ਲੜ ਰਹੇ ਸਨ ਅਤੇ ਪਾਕਿਸਤਾਨ 'ਚ ਵਸਣ ਵਾਲੀਆਂ ਦੂਸਰੀਆਂ ਅਕਲੀਅਤਾਂ ਨੇ ਵੇਖਿਆ ਕਿ ਪਾਕਿਸਤਾਨ ਦੇ ਵਿੱਚ ਅਕਲੀਅਤਾਂ ਦਾ ਕੋਈ ਲੀਡਰ ਅਗਰ ਹੈ, ਕੋਈ ਜਮਾਤ ਹੈ, ਤਾਂ ਕ੍ਰਿਸਚਨ ਲਿਬਰੇਸ਼ਨ ਫਰੰਟ ਹੈ ਅਤੇ ਪਾਕਿਸਤਾਨ 'ਚ ਵਸਣ ਵਾਲੀਆਂ ਦੂਸਰੀਆਂ ਅਕਲੀਅਤਾਂ ਨੇ ਵੀ। ਮੈਂ ਆਪ ਕੋ ਥੋੜਾ ਸਾ ਵਾਰਮ ਅਪ ਕਰਨੇ ਬੋਲੋ ਯਸੂ ਮਸੀਹ ਦੀ ਆਵਾਜ਼ ਥੋੜੀ ਕਮ ਹੈ, ਬਹੁਤ ਜ਼ਿਆਦਾ ਹੋਣੀ ਚਾਹੀਏ। ਕਿਸ ਦਾ ਨਾਮ ਲੈ ਰਹੇ ਆਪ, ਕਿਸ ਦਾ ਨਾਮ ਲੈ ਰਹੇ ਹੋ? ਯਸੂ ਮਸੀਹ ਦਾ। ਤਾਂ ਬੋਲੋ ਫਿਰ ਯਸੂ ਮਸੀਹ ਦੀ ਜੀ। ਬਹੁਤ ਪਤਾ ਚਲੇ ਕਿ ਯਸੂ ਮਸੀਹ ਕੇ ਨਾਮ ਕਾ ਨਾਰਾ ਲੱਗ ਰਹਾ ਹੈ, ਯਸੂ ਮਸੀਹ ਕੇ ਨਾਮ ਸੇ ਲੋਕ ਯਹਾਂ ਪਰ ਇਕੱਠੇ ਹੈ ਔਰ ਯਸੂ ਮਸੀਹ ਕੀ ਮਿਹਰਬਾਨੀਓਂ ਸੇ ਆਜ ਸਟੇਜ ਕੇ ਉੱਪਰ ਅਕਮਲ ਭੱਟੀ ਹੈ ਔਰ ਯਸੂ ਮਸੀਹ ਕੀ ਮਿਹਰਬਾਨੀਓਂ ਕੇ ਸਾਥ ਆਜ ਹਮਾਰੀ ਬੇਟੀਆਂ ਹਮਾਰੇ ਸਾਥ। ਸ਼ਹਿਬਾਜ਼ ਭੱਟੀ ਕੀ ਅਕਲੀਅਤੋਂ ਕੇ ਲੀਏ ਤਮਾਮ ਖਿਦਮਾਤ ਔਰ ਜਦੋਜਹਿਦ ਕੋ ਸਲਾਮ ਪੇਸ਼ ਕਰਦੀ ਹੂੰ। ਮੈਂ ਆਜ ਉਸ ਕਾਇਦ ਕੀ ਸਾਲਗਿਰਾ ਮੇਂ ਸ਼ਮੂਲੀਅਤ ਇਖਤਿਆਰ ਕਰਨੇ ਆਈ ਹੂੰ, ਜਿਸਨੇ ਖਵਾਤੀਨ ਕੋ ਜ਼ੁਬਾਨ ਦੀ, ਜਿਸਨੇ ਖਵਾਤੀਨ ਕੋ ਏਕ ਪਲੇਟਫਾਰਮ ਮੁਹੱਈਆ ਕੀਆ ਔਰ ਉਨ੍ਹੋਂਨੇ ਖਵਾਤੀਨ ਕੋ ਆਗੇ ਬੜ੍ਹਨੇ ਕੇ ਮੌਕੇ ਫਰਾਹਮ ਕੀਏ, ਉਨ੍ਹੋਂਨੇ ਖਵਾਤੀਨ ਕੋ ਪਾਰਲੀਮਾਨੀ ਸਿਆਸਤ ਮੇਂ ਆਗੇ ਬੜ੍ਹਨੇ ਕੇ ਲੀਏ ਹਿੱਸਾ ਲਿਆ। ਸ਼ਹੀਦ ਸ਼ਹਿਬਾਜ਼ ਭੱਟੀ ਹਰ ਸਾਲ ਜਬ ਉਹ ਹਯਾਤ ਹੈ ਤੋ 8 ਮਾਰਚ ਜਬ ਵਿਮੈਨ ਇੰਟਰਨੈਸ਼ਨਲ ਡੇ ਹੋਤਾ ਹੈ ਉਸ ਦਿਨ ਪਰ ਉਹ ਖਵਾਤੀਨ ਕੀ ਕਾਨਫਰੰਸ ਬੁਲਾਇਆ ਕਰਤੇ ਥੇ। ਸਬਸੇ ਪਹਿਲੇ ਮੈਂ ਪੂਰੀ ਟੀਮ ਕੀ ਮੇਜਰ ਰਾਮਤ ਗੁਲ ਕੀ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹੂੰ, ਅਕਮਲ ਭੱਟੀ ਕੀ ਬਹੁਤ ਸ਼ੁਕਰ ਗੁਜ਼ਾਰ ਹੂੰ
और आदित्य सोत्रा और उनकी पूरी टीम की बहुत ज्यादा शुक्रगुजार हूँ, जिनके मैं नाम नहीं भी ले सकी उनकी भी बहुत ज्यादा शुक्रगुजार हूँ, और पूरे हन्नाबाद की बहुत ज्यादा शुक्रगुजार हूँ कि आपने बहुत वार्मली वेलकम किया। और मैं ये समझती हूँ कि अभी तक एशियन पैसिफिक अफ्रीकन कम्बाइंड पावर लिफ्टिंग में जो 15 मेडल हम लोगों ने विन किए थे उससे लेके अब तक ये सबसे ज्यादा बिग हम लोगों की एप्रिसिएशन थी। तो थैंक यू वेरी मच। पूरे पाकिस्तान से अभी तक किसी ने रिप्रेजेंट नहीं किया था, और मैं खुदावन की ये ब्लेसिंग समझती हूँ कि पाकिस्तान में से हम तीनों सिस्टर्स को चुना, और वो भी एक क्रिश्चियन कम्युनिटी की तीन बेटियां, और हम लोगों ने पाकिस्तान से बाहर जाकर 5-5 गोल्ड मेडल लिए। ये एक मौजूदा था, हमारा यहाँ से जाना एक मौजूदा था एक उस इवेंट पे, क्योंकि हम मेरी दोनों सिस्टर्स के मोटिवेट थे, पूरे नहीं हो रहे थे, वो भी एक मौजूदा था। और मैं इसके साथ साथ पूरे पाकिस्तान के जितने भी कंपनी हैं उनकी मैं शुक्रगुजार हूँ कि उन्होंने दुआओं में याद रखा, और हम लोग जो थे पाकिस्तान से बाहर जाकर मेडल्स लेकर आए। शहबाज भट्टी एक मसीह बेटी का मुकदमा लड़ते लड़ते अपनी जान का नजराना हार दिया, और मैं सुहेल भाई को बताना चाहता था शहीद शहबाज भट्टी ने शादी नहीं की। He never got married, क्योंकि उनको पता था 1985 से उनको पता था कि किसी ना किसी दिन मुझे शहीद कर दिया जाएगा, मैं क्यों किसी की बेटी को बेवा करूंगा। अकमल भट्टी शहीद शहबाज भट्टी, ये फूलों की सेज नहीं कौम के हकूक के लिए जदोजहद करना, ये मौत का परवाना है, ये कलूरी कीड़ा है। इस मुल्क में स्टेज पे खड़े होके सच की बात करना मौत है, मौत है, लेकिन हमने इस मौत को गले लगाया है।